ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਨੂੰ ਬਹੁਤ ਚਰਚਾਵਾਂ ਨੇ ਕਿ 10 ਅਗਸਤ ਤੋਂ ਬਾਅਦ 1 ਤੋਂ 5.5 6 ਓਵਰਲ ਪੀਟੀ 60 ਇਹ ਸਾਰੇ ਵਿਦਿਆਰਥੀ ਵੀ ਐਸਡੀਐਸ ਤੇ ਸ਼ਾਮਲ ਹੋ ਸਕਦੇ ਨੇ ਪਤਾ 10 ਅਗਸਤ ਤੋਂ ਬਾਅਦ ਲੱਗੂਗਾ ਕਿ ਇਹਨਾਂ ਦਾ ਕੇਸ ਐਸਡੀਐਸ ਬਣਦਾ ਹੈ ਜਾਂ ਨਹੀਂ ਪਰ ਕੈਨੇਡਾ ਚੋਂ ਬਹੁਤ ਸਾਰੇ ਸਰਕਾਰੀ ਔਰ ਚੰਗੇ ਰਿਪਿਊਟਡ ਕਾਲਜਸ ਵੱਲੋਂ 5.5 ਨਾਲ ਪੀਟੀ ਨਾਲ ਧੜਾ ਧੜ ਆਫਰ ਲੈਟਰਸ ਦਿੱਤੇ ਜਾ ਰਹੇ ਨੇ ਬਹੁਤ ਵੱਡੀ ਗਿਣਤੀ ਚ ਪੰਜਾਬ ਦੇ ਵਿਦਿਆਰਥੀ ਤਿਆਰੀ ਕਰ ਰਹੇ ਨੇ ਕਿ ਅਸੀਂ ਵੀ 10 ਅਗਸਤ ਨੂੰ ਫਾਈਲ ਲੌਂਚ ਕਰਨੀ ਹੈ ਤੁਸੀਂ ਕਰ ਸਕਦੇ ਹੋ ਪਰ ਕਲੈਰਿਟੀ 10 ਅਗਸਤ ਤੋਂ ਬਾਅਦ ਆਉਣੀ ਹੈ ਤਿਆਰੀ ਕਰ ਸਕਦੇ ਹੋ ਪਰ ਬਹੁਤ ਸਾਰੇ ਸਵਾਲ ਨਾਲ ਆ ਕੇ ਡੁੱਗ ਗਏ ਉਹ ਸਾਰੇ بڑے ਅਹਿਮ ਸਵਾਲ ਨੇ ਫੰਡਸ ਨੂੰ ਲੈ ਕੇ ਤੁਹਾਡੇ 1 ਚੋਂ 5.5 2 ਚੋਂ 5.5 ਪੀਟੀ ਨਾਲ ਤੁਸੀਂ ਫਾਈਲ ਲਾਉਣੀ ਹੈ ਫੰਡਸ ਕਿਸ ਰੂਪ ਚ ਦਿਖਾਉਣੇ ਨੇ ਇਹ ਸਾਰੀਆਂ ਬੜੀਆਂ ਇੰਪੋਰਟੈਂਟ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਤੀਰਤ ਸਿੰਘ ਪਨਾਕਲ ਜਿਹੜੇ ਕਿ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦੌਣ ਦੇ ਬਾਦਸ਼ਾਹ ਨੇ ਸਾਡੇ ਨਾਲ ਮੌਜੂਦ ਨੇ ਪੀਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਡ ਨੂੰ ਰਿਪਰੈਜ਼ੈਂਟ ਕਰਦੇ ਨੇ ਤਿਰਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤਿਰਤ ਜੀ ਸਵਾਲ ਬੜਾ ਸਿੰਪਲ ਹੈ 1 ਤੋਂ 5.5 ਤੇ ਪੀਟੀ ਵਾਲਿਆਂ ਨੂੰ ਫਾਈਲ ਲੋਜ ਕਰਨ ਵੇਲੇ ਕੀ ਫੰਡਸ ਦਿਖਾਉਣ ਦੀ ਲੋੜ ਹੈ ਜਾਂ ਨਹੀਂ ਹੈ ਪੂਰਾ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਪ੍ਰੋਫਾਈਲ ਹੈ ਉਹ ਕਿਸ ਰੂਪ ਤੇ ਰਿਪਰੈਜ਼ੈਂਟ ਕਰਨ ਦੀ ਲੋੜ ਹੈ ਸਰ ਅੱਜ ਦਾ ਪਹਿਲਾਂ ਤਾਂ ਮੈਂ ਸਾਰੇ ਸਟੂਡੈਂਟ ਨੂੰ ਪੇਰੈਂਟਸ ਨੂੰ ਕਹੂੰਗਾ ਆਹ ਵਾਲੀ ਵੀਡੀਓ ਪੱਕੀ ਸੇਵ ਕਰ ਲਓ ਕਿਉਂਕਿ ਇਸ ਵੀਡੀਓ ਨਾਲ ਨਾ ਤੁਹਾਡੇ ਅੰਦਰੋਂ ਦਵਾਵਾਂ ਜ਼ਰੂਰ ਨਿਕਲ ਜਾਣਗੀਆਂ ਤੇ ਡੱਲਾ ਸਰ ਤੇ ਤੁਹਾਡੇ ਇਸ ਮਾਧਿਅਮ ਰਾਹੀਂ ਤੇ ਤੁਹਾਡੇ ਇਸਵਾਲ ਰਾਹੀਂ ਨਾ ਮੈਂ ਵੀ ਦਵਾਵਾਂ ਦਾ ਹਿੱਸੇਦਾਰ ਜ਼ਰੂਰ ਬਣੂੰਗਾ ਕਿਉਂਕਿ ਇਸ ਮੰਚ ਦਾ ਤਾਂ ਇੱਕੋ ਹੀ ਬੈਨੀਫਿਟ ਹੁੰਦਾ ਹੈ ਬਈ ਬੱਚਿਆਂ ਨੂੰ ਕਹੂੰਗਾ ਜ਼ਰੂਰ ਚੱਕਣਾ ਚਾਹੀਦਾ ਇੱਕੋ ਹੀ ਜਿਹੜਾ ਕਿ ਸਾਡਾ ਮੰਤਵ ਹੈਗਾ ਕਿ ਨਾਲ ਦੀ ਨਾਲ ਕੋਈ ਵੀ ਅਪਡੇਟ ਕੋਈ ਵੀ ਚੀਜ਼ਾਂ ਦੀ ਤੁਸੀਂ ਫਾਈਲ ਤਾਂ ਕਿ ਜਿਹੜਾ ਤੁਹਾਡਾ ਕੰਮ ਹੈ ਜਿਹੜਾ ਤੁਸੀਂ ਸੋਚਿਆ ਹੈ ਵੀਜ਼ਾ ਉਹ ਆਪਾਂ ਪਹਿਲੀ ਗੋਦੇ ਵਿੱਚ ਰੇ ਲੱਗ ਸਗੀਏ ਤੇ ਅੱਜ ਮੈਂ ਹਮੇਸ਼ਾ ਮੇਰੇ ਹੀ ਸ਼ੁਰੂ ਤੋਂ ਇਹ ਮੰਨਣਾ ਲਾਈਫ 'ਚ ਜੋ ਵੀ ਮੈਂ ਸਿੱਖਿਆ ਮੈਂ ਵੀਜ਼ੇ ਨੂੰ ਸਾਈਡ ਤੇ ਰੱਖਦਾ ਕਿ ਲਾਈਫ ਨਾ ਬੜੀ ਛੋਟੀ ਆ ਲਾਈਫ ਦੇ ਵਿੱਚ ਨਾ ਅਗਲੀਆਂ ਦੀ ਗਲਤੀ ਤੋਂ ਸਿੱਖੋ ਅਗਲੇ ਨੇ ਕੀ ਕੀ ਗਲਤੀ ਕੀਤੀ ਉਹ ਆਪਾਂ ਬਚੀਏ ਨਾ ਕਿ ਆਪ ਗਲਤੀ ਕਰਕੇ ਆਪਾਂ ਦੂਜਿਆਂ ਨੂੰ ਸिखਾਈਏ ਸਰ ਸਵਾਲ ਦਾ ਸਰ ਜਿਹੜੇ ਮੈਂ ਤੁਹਾਨੂੰ ਦੱਸ ਵੀਦਾ ਮੈਂ ਸਾਰੇ yes ਪੀਟੀ ਵਾਲੇ ਬੱਚੇ ਡਰ ਨਾ ਜਾਣ ਜਿਹਦਾ ਸਾਰੇ ਕਿ 100% ਕਲੈਰਿਟੀ ਹੋਊਗੀ ਤੇ ਮੋਸਟ ਪੌਬੇਬਲੀ ਬਿਲਕੁਲ ਤੈਅ ਵਾ ਕਿ yes SDS ਦੇ ਵਿੱਚ ਫਾਈਲਾ ਲ ਤੇ ਹਾਂ ਐਮਬੈਸੀ ਨੇ 1.5 ਸੀ ਬਟ ਹੁਣ ਲੱਗਣੀਆਂ ਫਾਈਲਾਂ ਬਟ ਮੁੱਦਾ ਇਹ ਹੈ ਫਾਈਲ ਲਾਉਣੀ ਨਹੀਂ ਗੱਲੀ ਜਿੱਦਾਂ ਕਿ ਅਸੀਂ ਪਹਿਲਾਂ ਵੀ ਕਹਿੰਦੇ ਆ ਅਪਲਾਈ ਕਰਨਾ ਤੇ ਵੀਜ਼ਾ ਲੈਣਾ ਹਮੇਸ਼ਾ ਦੋ ਵੱਖਰੇ ਰਾਸਤੇ ਹੁੰਦੇ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਇਹ ਚੀਜ਼ ਤੇ ਡਿਸਕਸ ਕੀਤਾ ਸੀ ਤੇ ਬਿਲਕੁਲ ਤੁਸੀਂ ਵੀ ਆਪਣੇ ਆਪ ਨੂੰ ਦਿਲ ਦੇ ਹੱਥ ਰੱਖ ਕੇ ਸਵਾਲ ਪੁੱਛੋ ਐਸ ਡੀ ਐਸ ਅੱਗੇ ਕੀ ਸੀ 6 ਈਚ ਹੁਣ ਐਸ ਡੀ ਐਸ ਕੀ ਹੈ 1.5 2.5 ਮੈਟਰ ਨਹੀਂ ਕਰਦਾ ਓਵਰਹੌਲ ਸਕੂਲ ਮੈਟਰ ਕਰਦਾ ਪੀਟੀ ਵਾਲਾ ਵੀ ਬੱਚਾ ਆ ਗਿਆ ਟੋਫਲ ਵਾਲਾ ਵੀ ਬੱਚਾ ਆ ਗਿਆ ਹੁਣ ਦੱਸੋਗੇ ਐਸਡੀਐਸ ਦੀ ਕਿੰਨੀ ਕੁ ਜ਼ਿਆਦਾ ਵਰਦੀ ਲਿਮਟ ਆ ਗਈ ਨੋਨ ਐਸਡੀਐਸ ਵਿੱਚ ਅੱਗੇ ਰਿਫਿਊਜ਼ਲ ਰੇਟ ਕਿਉਂ ਜ਼ਿਆਦਾ ਹੈ ਵੀਕ ਪ੍ਰੋਫਾਈਲ ਜ਼ਿਆਦਾ ਉੱਥੇ ਲੱਗਦੀਆਂ ਸੀ ਤਾਂ ਰਿਫਿਜ਼ਲ ਹੁਣ ਤਾਂ ਵੀਕ ਪ੍ਰੋਫਾਈਲ ਇੱਥੇ ਵੀ ਵਿੱਚ ਆ ਗਈਆਂ ਜਦਾ ਸੋ ਹੁਣ ਦਾ ਇੱਕ ਚੀਜ਼ ਦਾ ਫਾਇਦਾ ਜ਼ਰੂਰ ਹੋਗਾ ਕਿਨੂੰ ਅੰਬੈਸੀ ਨੂੰ ਬਾਰ-ਬਾਰ ਐਮੈਸੀ ਵੀਜ਼ਾ ਬਚਾਉਣ ਦਰਾਂਦਾ ਬਟ ਇਹਦਾ ਮਤਲਬ ਇਹ ਨਹੀਂ ਕਿ ਵੀਜ਼ਾ ਨਹੀਂ ਆਊਗਾ ਵੀਜ਼ਾ ਆਊਗਾ ਸੋ ਜਿਹੜੀ ਸਰਨੇ ਅੱਜ ਗੱਲ ਕਹੀ ਨਾ ਫੰਡਸ ਦੀ ਬਹੁਤ ਸਾਰੇ ਬੱਚੇ ਤਾਂ ਨਾ ਬਿਲਕੁਲ ਏਸੀ ਚੀਜ਼ ਕਰਕੇ ਬੜੇ ਖੁਸ਼ ਆ ਹੁਣ ਸਾਨੂੰ ਨਾ ਫੰਡਸ ਨਹੀਂ ਲਾਉਣੇ ਪਏ ਨੇ ਬਿਨਾ ਫੰਡਸ ਉਹ ਵੀ ਵੀਜ਼ਾ ਹੈ ਨਾ ਮੈਂ ਤਾਂ ਨਾ ਵਾਈ ਗੁਰੂ ਆ ਵੀ ਜਾਵੇ ਬਟ ਉਸ ਬੱਚੇ ਦੀ ਨਹੀਂ ਸੁਣਨੀ ਮੈਂ ਤਾਂ ਅੱਜ ਦੁਬਾਰਾ ਕਹਿਣ ਨੂੰ ਤਿਆਰ ਆ ਕਿ ਬਹੁਤ ਸਾਰੀਆਂ ਵੀਡੀਓ ਪੈਣੀ ਆ ਜੀ ਮੈਂ ਦੇਖੋ ਜੀ ਫਾਈਲ ਇਹਨਾਂ ਫਲਾਣੇ ਫਲਾਣੇ ਤੋਂ ਲਈ ਸੀ ਬਿਨਾ ਫੰਡ ਤੋਂ ਲਈ ਸੀ ਮੇਰਾ ਵੀਜ਼ਾ ਆ ਗਿਆ ਬੜਾ ਮੈਂ ਕਹਿੰਦਾ ਵੀਜ਼ੇ ਆਏ ਤਾਂ ਵਧਾ ਚੜਾ ਕੇ ਦਿਖਾਇਆ ਹੀ ਜਾਂਦਾ ਵਾ ਠੀਕ ਹੈ ਤੁਸੀਂ ਵੀ ਸਾਡੇ ਇੰਸਟਾਗ੍ਰam ਤੇ ਦੇਖੋ ਵਿਦਾ ਚੜਾ ਕੇ ਦੱਸਣੀ ਦਿਖਾਉਂਦੇ ਨਾਰਮਲ ਦਿਖਾਉਂਦੇ ਆ ਬਟ ਉਹ ਬੱਚਾ ਤੁਹਾਨੂੰ ਜਿਆਦਾ ਵਧੀਆ ਸਿਖਾ ਸਕਦਾ ਜਿਹਦਾ ਵੀਜ਼ਾ ਨਹੀਂ ਆਇਆ ਸੋ ਇਸ ਚੀਜ਼ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਪਿੱਛੇ ਲਈ ਤੁਸੀਂ ਵੀ ਸਾਡੀਆਂ ਵੀਡੀਓ ਦੇਖੀਆ ਕਿੰਨੇ ਬੱਚਿਆਂ ਦੀਆਂ ਜਿਹੜੀਆਂ ਕਿ ਇੰਟਰਵਿਊ ਜੜੀਆਂ ਕਿ ਆ ਕਾਲ ਆਈਆਂ ਇੰਟਰਵਿਊ ਦੀਆਂ ਉਹਨਾਂ ਨੂੰ ਲੈਟਰਸ ਆਈਆਂ ਹਰ ਇੰਟਰਵਿਊ ਦੀ ਲੈਟਰ ਦੇ ਵਿੱਚ ਇੱਕੋ ਚੀਜ਼ ਜਿਹੜੀ ਕਾਮਨ ਸੀਗੀ ਹਰ ਕਿਸੇ ਨੂੰ ਪਤਾ ਕਿ ਵਾਈ ਕੈਨੇਡਾ ਵਾਈ ਥਿਸ ਕਾਲਜ ਵਾਈ ਥਿਸ ਕੋਰਸ ਬਟ ਇੱਕੋ ਚੀਜ਼ ਕਾਮਨ ਸੀਗੀ ਕਿ ਹਾਊ ਯੂ ਗੋਣਾ ਪੇ ਯੂਰ ਫੀਸ ਵਾਈਲ ਯੂ ਆਰ ਇ ਅਗਲੇ ਸਾਲ ਦੀ ਫੀਸ ਤੇ ਅਗਲੇ ਸਾਲ ਦਾ ਉਥੇ ਰਹਿਣ ਦਾ ਖਰਚਾ ਲਿਵਿੰਗ ਐਕਸਪੈਂਸਸ ਕਿਦਾਂ ਦਊਗੇ ਇੱਕ ਸਾਲ ਦੀ ਫੀਸ ਤਾਂ ਦਿੱਤੀ ਹੋਈ ਆ ਲਿਵਿੰਗ ਐਕਸਪੈਂਸਸ ਇਨ ਦਾ ਫਾਰਮ ਆਫ ਜੀਆਈਸੀ ਤੁਸੀਂ ਪਹਿਲੇ ਸਾਲ ਦੇ ਦਿਖਾਤੇ ਆ ਸੋ ਇਸ ਚੀਜ਼ ਦਾ ਤੁਹਾਨੂੰ ਬੈਨੀਫਿਟ ਮਿਲੇਗਾ ਤੇ ਅੱਜ ਵੀ ਜਿਹਦੇ ਜਿੰਨਾ ਸਕੋਰ ਜ਼ਿਆਦਾ ਹੋਊਗਾ ਰੀਸੈਂਟ ਪਾਸਵਰਡ ਕੋ ਨੂੰ ਉਨਾ ਹੀ ਫਾਇਦਾ ਮਿਲੇਗਾ ਆ ਪੀਟੀ ਵਾਲੇ ਬੱਚਿਆਂ ਨੂੰ ਇੱਕ ਤੋਂ ਸਾਢੇ ਪੰਜ ਵਾਲੇ ਬੱਚਿਆਂ ਨੂੰ ਪੀਟੀ ਵਾਲੇ ਬੱਚੇ ਨੂੰ ਕਹਾਂਗਾ ਬਹੁਤ ਔਖਾ ਸਮਾਂ ਲਗਾਇਆ 2023 ਦਾ ਮਸਾ ਮਸਾ ਤੁਹਾਡੇ ਕੋਲ ਵਧੀਆ ਟਾਈਮ ਜਿਹੜਾ ਕਿ ਆਇਆ ਸੋ ਵਿਦਆਊਟ ਓਵਰ ਕੌਨਫੀਡੈਂਸ ਹੁੰਦੇ ਹੋਏ ਮੈਂ ਹਰ ਬੱਚੇ ਨੂੰ ਕਹੂੰਗਾ ਕਿ ਆਪਣੀ ਫਾਈਲ ਦੇ ਵਿੱਚ ਫਾਈਨੈਂਸ਼ੀਅਲ ਜਰੂਰ ਸ਼ੋਅ ਕਰਾਓ ਕਿੰਨੇ ਸ਼ੋਅ ਕਰਾਓ ਕਟੋ-ਕਟੇ ਨੇ ਸ਼ੋਅ ਕਰਾਓ ਕਿ ਤੁਹਾਡੇ ਕੋਲ ਜਿਹੜੇ ਕਿ ਅਗਲੇ ਸਾਲ ਦੀ ਫੀਸ ਦੇਣ ਤੇ ਪੈਸੇ ਆ ਹਾਂ ਨਵੇਂ ਪੁਰਾਣੇ ਇਹਦੇ ਵਿੱਚ ਕੋਈ ਮੈਟਰ ਨਹੀਂ ਕਰਦਾ ਬਟ ਇਹ ਚੀਜ਼ ਮੈਂ ਉਹ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿਹੜਾ ਕਿ ਬਹੁਤ ਸਾਰੇ ਬੱਚਿਆਂ ਨੇ ਅਜਮਾਇਆ ਤੇ ਉਹ ਸਿਰੇ ਲੱਗੇ ਆ ਤੇ ਇਹ ਚੀਜ਼ਾਂ ਅੰਬੈਸੀ ਨੇ ਆਪਣੇ ਪਿਛਲੇ ਵੈਬਿਨਾਰ ਦੇ ਵਿੱਚ ਵੀ ਕਹੀਆਂ ਵਾ ਸੋ ਆਪਾਂ ਸਿੱਖਣਾ ਵਾ ਆਪਾਂ ਅਗਲੇ ਨੂੰ ਉਹ ਚੀਜ਼ ਦਿਖਾਉਣੀ ਆ ਜੋ ਅਗਲਾ ਚੀਜ਼ ਦੇਖਣਾ ਚਾਹੁੰਦਾ ਸੋ ਇਸੇ ਕਰਕੇ ਸਟਾਰਟਿੰਗ 'ਚ ਕਿਹਾ ਸੀਗਾ ਕਿ ਬਹੁਤ ਸਾਰੇ ਬੱਚਿਆਂ ਦਾ ਫਾਇਦਾ ਹੋਊਗਾ ਤੇ ਮੈਂ ਇਸ ਲਈ ਦੁਬਾਰਾ ਕਹਾਂਗਾ ਇਹ ਵੀਡੀਓ ਨੂੰ ਸੇਵ ਕਰਕੇ ਜਰੂਰ ਰੱਖ ਲਓ 10 ਅਗਸਤ ਤੇ ਵੀ ਆਉਣ ਵਾਲੀ ਆ ਸੋ ਆਪਣੇ ਫਾਈਨੈਂਸ਼ੀਅਲ ਦੀਆਂ ਤਿਆਰੀਆਂ ਹੀ ਆ ਸੁਣੀ ਤਾਂ ਨਹੀਂ ਅਜੇ ਟਾਈਮ ਹੈ ਲਾਗੇ ਜਾ ਕੇ ਭਾਵਾਂ ਕਰ ਲਿਓ ਪਰ ਕਰਿਓ ਜਰੂਰ ਤਾਂ ਹੀ ਤੁਸੀਂ ਸਾਨੂੰ ਦੁਆਵਾਂ ਦੇਵੋਗੇ ਜਿਹਦਾ ਨਾ ਵੀਜ਼ਾ ਆਇਆ ਵੀਜ਼ਾ ਨਹੀਂ ਆਇਆ ਫਿਰ ਗੱਲਾਂ ਹੀ ਰਹਿ ਜਾਣੀਆਂ ਸੋ ਇਹ ਸਮਾਂਛ ਦਾ ਵੀ ਮੈਂ ਕਹੂੰਗਾ ਜੇ ਤੁਸੀਂ ਆਪਣਾ ਕੀਮਤੀ ਸਮਾਂ ਗੱਢ ਕੇ ਪੇਰੈਂਟਸ ਵੀ ਜੁੜਦੇ ਆ ਨਾ ਤੇ ਜ਼ਰੂਰ ਬਰੀਕੀ ਦੇ ਵਿੱਚ ਖਿਆਲ ਰੱਖਿਆ ਕਰੋ ਕਿਉਂਕਿ ਮੈਂ ਵੀ ਇਹ ਵੀ ਚੀਜ਼ ਕਹਿੰਦਾ ਵੀਜ਼ਾ ਕਿਹਦੀ ਕਿਸੇ ਦੀ ਜੇਬ ਚ ਨਹੀਂ ਵੀਜ਼ਾ ਪੈਨੈਕਲਰ ਦੀ ਜੇਬ ਚ ਵੀ ਨਹੀਂ ਹੈਗਾ ਆ ਜਿੰਨੇ ਹਜ਼ਾਰਾਂ ਹੀ ਬੱਚੇ ਵੀਜ਼ਾਸ ਲੈ ਕੇ ਗਏ ਆ ਇਹ ਵੀਜ਼ਾਸ ਤਾਂ ਲੈ ਗਏ ਆ ਕਿ ਅਸੀਂ ਵੀ ਅਪਡੇਟ ਰਹੇ ਸਟੂਡੈਂਟ ਵੀ ਸਾਡੇ ਆਖੇ ਲੱਗੇ ਆ ਸਟੂਡੈਂਟਸ ਦੇ ਪੇਰੈਂਟਸ ਨੇ ਵੀ ਜਿਹੜੀ ਚੀਜ਼ਾਂ ਚੀਜ਼ਾਂ ਡਿਮਾਂਡ ਕੀਤੀ ਆ ਸਾਡਾ ਪੂਰਾ ਸਾਥ ਦਿੱਤਾ ਤੇ ਉਹਨਾਂ ਦੇ ਕਰਕੇ ਆ ਕਿ ਯਸ ਵਾਈਗੁਰ ਦੀ ਕਿਰਪਾ ਇੰਨੇ ਬੱਚੇ ਵੀਜ਼ ਫਾਈਨੈਂਸ਼ੀਅਲਸ ਨੂੰ ਹਜੇ ਵੀ ਇੰਪੋਰਟੈਂਸ ਦਵਾਂਗੇ ਐਸ ਡੀ ਐਸ ਦੇ ਕੈਟੇਗਰੀ ਮੈਂ ਹਰ ਬੱਚਾ ਪੈਨਕਲ ਜਿਹੜੀ ਫਾਈਲ ਲੱਗੂਗਾ ਅਸੀਂ ਉਹਨੂੰ ਚੀਜ਼ ਇੰਪੋਰਟੈਂਸ ਦਵਾਂਗੇ ਤੇ ਅੱਜ ਉਹ ਸਲਾਹ ਦਿੱਤੀ ਆ ਜੋ ਅਸੀਂ ਆਪਣੇ ਛੋਟੇ ਭੈਣ ਭਰਾ ਨੂੰ ਦਈਏ ਤੇ ਉਮੀਦ ਕਰਦਾ ਓਵਰ ਕਨਫੀਡੈਂਸ ਨਾ ਹੁੰਦੇ ਹੋਏ ਐਸ ਡੀ ਐਸ ਨੂੰ ਲਾਈਟਲੀ ਨਾ ਲੈਂਦੇ ਹੋਏ ਆਪਾਂ ਆਪਣਾ ਜਿਹੜਾ ਸਮਾਂ ਵਾ ਪੈਸੇ ਆ ਖਰਾਬ ਨਹੀਂ ਕਰਾਂਗੇ ਬਿਲਕੁਲ ਜੀ ਸੋ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਆ ਤੀਰਤ ਜੀ ਨੇ 8557885578 ਇਸ ਨੰਬਰ ਤੇ ਤੁਸੀਂ ਸੰਪਰਕ ਕਰੋ ਕੋਈ ਕਨਫਿਊਜ਼ਨ ਹੈ ਉਹਨੂੰ ਬਾਰ-ਬਾਰ ਪੁੱਛੋ ਪੂਰੀ ਕਲੈਰਿਟੀ ਹਾਸਲ ਕਰੋ ਪੂਰੀ ਕਲੈਰਿਟੀ ਲਓ ਪੂਰੀ ਵੈਰੀਫਿਕੇਸ਼ਨ ਕਰੋ ਫੇਅਰ ਜ਼ਿੰਦਗੀ ਦੇ ਡਿਸੀਜਨ ਕਰੋ ਥੈਂਕ ਯੂ ਸੋਮਾ